ਸਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸੈਸ਼ਨ ਵਿੱਚ ਕੀ ਖਾਸ ਹੋਏਗਾ ਦੇਖੋ ਪੰਜਾਬ ਸਰਕਾਰ ਵੱਲੋਂ ਜਿਹੜਾ ਵਿਸ਼ੇਸ਼ اجلاس ਆ ਉਹ ਅੱਜ ਸ਼ੁਰੂ ਹੋਇਆ ਹੈ ਤੇ ਤਕਨੀਕੀ ਤੌਰ ਤੇ ਜਿਹੜਾ ਸੈਸ਼ਨ ਆ ਇਹ 4 ਦਿਨ ਦਾ ਮੰਨਿਆ ਜਾਵੇਗਾ ਜਿਵੇਂ ਕਿ ਅੱਜ ਸ਼ੁਰੂ ਹੋਇਆ ਹੈ ਅੱਜ ਕੁਝ ਜਿਹੜੀਆਂ ਬੇਚੀਆਂ ਨੂੰ ਹੈ ਜਿਹਦੇ ਚ ਸਾਫ ਕਾ ਬਧਾਇਕ ਰਹੇ ਨੇ ਉਜਾੜੀਆਂ ਕਿ ਰਾਟੀਆਂ ਨੇ ਜਾਂ ਜਿਹੜੇ ਕਿਸਾਨ ਨੇ ਜਿਹੜੇ ਪਿਛਲੇ ਸੁਮੇਂਦਰ ਰਾਜ ਜੀ ਨੇ ਕੁਝ ਕਸ਼ੀਆਂ ਕੀਤੀਆਂ ਜਾਂ ਲਖੀਂ ਮੋਦੀ ਘਟਨਾ ਦੇ ਵਿੱਚ ਜਿਹੜੇ ਇੱਕ ਕਿਸਾਨ ਤੇ ਇੱਕ ਪੱਤਰਕਾਰ ਦੀ ਮੌਤ ਹੋਈ ਆ ਉਹਨਾਂ ਨੂੰ ਸਦਾਗ ਦੀ ਸਮਾਗਮ ਦੇਣ ਤੋਂ ਬਾਅਦ 2 ਮਿੰਟ ਦਾ ਮੋਮ ਤਾਂ ਤੋਂ ਬਾਅਦ ਇਸ ਹਾਊਸ ਆ ਉਹ ਵੀਰਵਾਰ ਤੱਕ ਸਤਕਤ ਕਰ ਦਿੱਤਾ ਗਿਆ ਮੂਰਤੀ ਵੀ ਕਰ ਦਿੱਤਾ ਗਿਆ ਜਦੋਂ ਤਾਂ ਬਿਰੋਧੀ ਧਿਰਾਂ ਦੇ ਵਿੱਚ ਬੈਠੇ ਇਹ ਪਾਰਟੀ ਚਾਹੇ ਅਕਾਲੀ ਦਲ ਆ ਚਾਹੇ ਕੋਈ ਹੋਰ ਆ ਉਦੋਂ ਤਾਂ ਇਹ ਸੈਸ਼ਨ ਚਰਚਾਉਣ ਦੀਆਂ ਗੱਲਾਂ ਕਰਦੇ ਨੇ 15 ਦਿਨ ਹੋਣਾ ਚਾਹੀਦਾ ਹੈ 10 ਦਿਨ ਚਾਹੀਦਾ ਹੈ ਹਰ ਮੁੱਦੇ 'ਤੇ ਚਰਚਾ ਹੋਣੀ ਚਾਹੀਦੀ ਹੈ ਪਰ ਜਦੋਂ ਇਹ ਸੱਤਾ ਦੀ ਕੁਰਸੀ 'ਤੇ ਬੈਠ ਜਾਂਦੇ ਨੇ ਟ੍ਰੇਜਰੀ ਬੈਂਚ 'ਤੇ ਪਰ ਆ ਜਾਂਦੇ ਨੇ ਤਾਂ ਉਹਨਾਂ ਦਾ ਇੱਕਦਮ ਜਿਹੜਾ ਨਜ਼ਰੀਆ ਉਹ ਬਿਲਕੁਲ ਬਦਲ ਜਾਂਦਾ ਹੁਣ ਤੁਸੀਂ ਦੇਖੋ ਅੱਜ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਜਦੋਂ ਇਹ ਕਿਸੇ ਸਦਨ ਦੇ ਵਿੱਚ ਸਦਨ ਦੇ ਵਿਰੋਧੀ ਧਿਰ ਦੇ ਨੇਤਾ ਬਣੇ ਸੀ ਤਾਂ ਉਦੋਂ ਅਕਾਲੀ ਦਲ ਦੀ ਸਰਕਾਰ ਚਾਰਾਂਜੀਤ ਸਿੰਘ ਚੰਨੀ ਉਰਾਂ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੇ ਐਮ ਐਲ ਏ ਨੇ ਲੈਜਿਸਲੇਟਿਵ ਜਿਹੜੀ ਅਸੈਂਬਲੀ ਦੇ ਮੈਂਬਰ ਨੇ ਇਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਧਰਨਾ ਲਾਇਆ ਜਿਹੜੀਆਂ ਰਾਤਾਂ ਉਹ ਵੀ ਇਹਨਾਂ ਨੇ ਉੱਥੇ ਗੁਜ਼ਾਰਿਆ ਸੀ ਕਿ ਜਿਹੜਾ ਸੈਸ਼ਨ ਆ ਉਹ ਵਧਾਇਆ ਜਾਣਾ ਚਾਹੀਦਾ ਹੈ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੁਨੀਆਂ ਜਾਣੀ ਚਾਹੀਦੀਆਂ ਅੱਜ ਬਿਲਕੁਲ ਉਲਟ ਸਥਿਤੀ ਹੋ ਗਈ ਹੈ ਬਾਬਲਪੁਰ ਗੋਲੀਕਾਂਡ ਮਾਮਲੇ ਦੇ ਵਿੱਚ ਐਸਪੀ ਵਿਕਰਮਜੀਤ ਸਿੰਘ ਦੀ ਬਹਾਲ ਤੋਂ ਬਾਅਦ ਚੰਨੀ ਸਰਕਾਰ ਸਵਾਲਾਂ ਦੇ ਕੇ ਰਹੀ ਹੈ। ਤੁਸੀਂ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਹੁਣ ਤੱਕ 2015 ਤੋਂ ਲੈ ਕੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਮਾਮਲਾ ਜਿਹੜਾ ਕੂਟਕਚੇਰੀਆਂ ਦੇ ਚੱਕਰ ਵਿੱਚ ਮੋਝਿਆ ਹੋਇਆ। ਅੱਜ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪਤਾ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੀ ਹੀ ਸਰਕਾਰ ਨੇ ਖਿੱਚਿਆ ਕਿ 6 ਮਹੀਨੇ ਪਹਿਲਾਂ ਇੱਕ ਜਦੋਂ ਆਈਜੀ ਕਮਰ ਵਿਜੇ ਪ੍ਰਤਾਪ ਦੀ ਅਗਵਾਈ ਹੇਠ ਇੱਕ ਸਟੇਟ ਜਿਹੜੀ ਬਣੀ ਹੋਈ ਸੀ ਉਹ ਹਾਈ ਕੋਰਟ ਆ ਜਿਹੜਾ ਰੱਦ ਕਰ ਦਤਾ ਕਰਦਾ ਕਿ ਇਹ ਹਾਈ ਕੋਰਟ ਨੇ ਜਿਹੜੀ ਕਮਰ ਵਿਜੇ ਪ੍ਰਤਾਪ ਦੀ ਜਿਹੜੀ ਸਟੇਟ ਦੀ ਰਿਪੋਰਟ ਦੀ ਉਹਨੂੰ ਰੱਦ ਕਰ ਦਿੱਤਾ ਗਿਆ ਤੇ ਨਵੇਂ ਇੱਕ ਜਾਂਚ ਟੀਮ ਬਣਾਉਣ ਦਾ ਇੱਕ ਆਰਡਰ ਦਿੱਤਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਇੱਕ ਨਵੀਂ ਜਿਹੜੀ ਜਾਂਚ ਰਿਪੋਰਟ ਆ ਜਿਹੜੀ ਫਾਈਨਲ ਕੀਤੀ ਜਾਵੇ ਤਾਂ ਸਰਕਾਰ ਨੇ ਉਦੋਂ ਐਲਕੇ ਜਦਵ ਦੀ ਅਗਵਾਈ ਹੇਠ ਇੱਕ ਨਵੀਂ ਜਿਹੜਾ ਯੂਨੀਵਰਸਿਟੀ ਬਣਾਇਸੀ ਤੇ 6 ਮਹੀਨੇ ਦੇ ਵਿੱਚ ਇਸ ਸਿੱਟ ਨੇ ਆਪਣੇ ਜਿਹੜੇ ਉਹ ਜਿਹੜੀ ਰਿਪੋਰਟ ਆ ਉਹ ਦੇਣੀ ਸੀ ਪਰ 6 ਮਹੀਨੇ ਦਾ ਸਮਾਂ ਨਿਕਲ ਚੁੱਕਿਆ ਸਰਕਾਰ ਨੇ ਇਸ ਮਾਗ ਦੇ ਵਿੱਚ ਕੋਈ ਕਦਮ ਨਹੀਂ ਚੁੱਕਿਆ ਇਸ ਮੁੱਦੇ ਤੇ ਅੱਜ ਨਵਜੋਸ਼ ਸਿੰਘ ਸਿੱਤੂ ਨੇ ਆਪਣੀ ਸਰਕਾਰ ਦੇ ਫਿਰ ਕਿਤਨਾ ਕਿਤੇ ਰੂਪ ਦੇ ਵਿੱਚ ਨਿਸ਼ਾਨਾ ਲਿਆ ਦਿੱਲੀ ਦੇ ਵਾਤਾਵਰਣ ਮੰਤਰੀ ਨੇ ਪ੍ਰਾਲੀ ਦੇ ਧੂਏ ਸੰਬੰਧੀ ਪੰਜਾਬ ਮਹਾਰਾਣਾ ਔਰ ਯੂਪੀ ਨੂੰ ਦੋਸ਼ੀ ਘਰਾ ਦੱਸਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਹਰ ਇੱਕ ਵਾਰੀ ਜਦੋਂ ਇਹ ਪੈੜੀ ਦਾ ਸੀਜ਼ਨ ਚੱਲਦਾ ਹੈ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਘਟਨਾਵਾਂ ਆ ਸਾਹਮਣੇ ਆਉਂਦੀਆਂ ਤਾਂ ਇਹ ਕਿ ਜਿਹੜਾ ਧੂਏ ਦਾ ਬੱਦਲ ਆ ਜਾਂ ਧੂਏ ਦਾ ਗੁਵਾਰਾ ਉਹ ਦਿੱਲੀ ਤੇ ਬਣਦਾ ਹੈ ਅਕਸਰ ਜਿਹੜੀ ਦਿੱਲੀ ਦੀ ਸਰਕਾਰ ਆ ਇਹ ਇਹਹੀ ਦੋਸ਼ ਲਾਉਂਦੀ ਆ ਕਿ ਪੰਜਾਬ ਤੇ ਹਰਿਆਣਾ ਦਾ ਜਾਂ ਜੁਪੀ ਦਾ ਜਿਹੜਾ ਧੂਆਂ ਉਹ ਇਕੱਠਾ ਹੋ ਕੇ ਦਿੱਲੀ ਦੀ ਦਿੱਲੀ ਤੇ ਆਉਂਦਾ ਹੈ ਦੇਸ਼ ਦੀ ਰਾਜਧਾਨੀ ਤੋਂ ਹੈ ਸ਼ਸ਼ੀਕਾਲ ਪੰਜਾਬ ਸ਼ਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਮਨਪ੍ਰੀਤ ਕੋਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਅਸੀਂ ਪੰਜਾਬ ਦੇ ਕਈ اہم ਮੁੱਦਿਆਂ ਤੇ ਚਰਚਾ ਕਰਾਂਗੇ ਸਾਡੇ ਨਾਲ ਮੌਜੂਦ ਸੀਨੀਅਰ ਪੱਤਰਕਾਰ ਜੈ ਸਿੰਘ ਸ਼ਿਬਰ ਸਰ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਮਨਪ੍ਰੀਤ ਜੀ ਸਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸੈਸ਼ਨ ਵਿੱਚ ਕੀ ਖਾਸ ਰਹੇਗਾ ਦੇਖੋ ਪੰਜਾਬ ਸਰਕਾਰ ਵੱਲੋਂ ਜਿਹੜਾ ਵਿਸ਼ੇਸ਼ ਜਲਾਸਾ ਉਹ ਅੱਜ ਸ਼ੁਰੂ ਹੋਇਆ ਹੈ ਤੇ ਤਕਨੀਕੀ ਤੌਰ ਤੇ ਜਿਹੜਾ ਸੈਸ਼ਨ ਆ ਇਹ 4 ਦਿਨ ਤੱਕ ਮੰਨਿਆ ਜਾਵੇਗਾ ਜਿਵੇਂ ਕਿ ਅੱਜ ਸ਼ੁਰੂ ਹੋਇਆ ਹੈ ਅੱਜ ਕੁਝ ਜਿਹੜੀਆਂ ਵਿਛੜੀਆਂ ਰੂਹਾਂ ਹੈ ਜਿਨ੍ਹਾਂ ਦੇ ਸਾਬਕਾ ਵਿਧਾਇਕ ਰਹੇ ਨੇ ਆਜ਼ਾਦੀ ਕਲਾਟੀਏ ਨੇ ਜਾਂ ਜਿਹੜੇ ਉਹ ਕਿਸਾਨ ਨੇ ਜਿਹੜੇ ਪਿਛਲੇ ਸਮੇਂਦਰਾ ਜਿਨ੍ਹਾਂ ਨੇ ਖੁਦਕਸ਼ੀਆਂ ਕੀਤੀਆਂ ਜਾਂ ਲਖੀਮਪੁਰ ਦੀ ਘਟਨਾ ਦੇ ਵਿੱਚ ਜਿਹੜੇ ਕਿਸਾਨ ਤੇ ਇੱਕ ਪੱਤਰਕਾਰ ਦੀ ਮੌਤ ਹੋਈ ਆ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਦੇਣ ਤੋਂ ਬਾਅਦ 2 ਮਿੰਟ ਦਾ ਮੌਨ ਧាន ਤੋਂ ਬਾਅਦ ਜਿਹੜਾ ਹਾਊਸ ਆ ਉਹ ਵੀਰਵਾਰ ਤੱਕ ਸੁਰੱਖਿਤ ਕਰ ਦਿੱਤਾ ਗਿਆ ਹੈ ਮੁੱਲਤਵੀ ਕਰ ਦਿੱਤਾ ਗਿਆ ਹੈ ਹੁਣ ਇਸ ਤਰ੍ਹਾਂ ਤਕਨੀਕੀ ਤੌਰ ਤੇ ਤਾਂ ਅੱਜ ਸੋਮਵਾਰ ਨੂੰ ਸੈਸ਼ਨ ਸ਼ੁਰੂ ਹੋਇਆ ਤੇ ਵੀਰਵਾਰ ਨੂੰ ਦੁਬਾਰਾ ਫਿਰ ਇਹਦੀ ਬੈਠਕ ਹੋਣੀ ਹੈ ਇਹ 4 ਦਿਨ ਦਾ ਮੰਨਿਆ ਜਾਵੇਗਾ ਜੇ ਅਸੀਂ ਵੈਸੇ ਕੰਮਕਾਰ ਦੇ ਹਿਸਾਬ ਨਾਲ ਦੇਖੀਏ ਤਾਂ ਸਿਰਫ ਇੱਕ ਦਿਨਾਂ ਕੰਮ ਆ ਜਿਹੜਾ ਉਹ ਵੀਰਵਾਰ ਨੂੰ ਹੋਵੇਗਾ ਅਜਿਤਾ ਸਰ ਰਾਜਨੀਤਿਕ ਸਵਾਗਤ ਤੋਂ ਬਾਅਦ ਸੈਸ਼ਨ ਉੱਠ ਗਿਆ ਉਹ ਸ਼ੁਰੂ ਤੋਂ ਇੱਕ ਪਰਤ ਪਈ ਹੋਈ ਆ ਕਿ ਜਦੋਂ ਵੀ ਅਪਚਰੀ ਹੋਣੀ ਆ ਉਸ ਤੋਂ ਬਾਅਦ ਸੈਸ਼ਨ ਜਿਹੜਾ ਉਠਾ ਦਿੱਤਾ ਜਾਂਦਾ ਇਸ ਕਰਕੇ ਮੰਗਲਵਾਰ ਤੇ ਬੁੱਧਵਾਰ ਦੀ ਦੋ ਵਿੱਚ ਛੁੱਟੀਆਂ ਪੈ ਗਈਆਂ ਗੈਪ ਪੈ ਗਿਆ ਵੀਰਵਾਰ ਨੂੰ ਚਰਚਾ ਹੋਵੇਗੀ ਉਸ ਦਿਨ ਜਿਹੜੇ ਆਪਣਾ ਕੇਂਦਰ ਸਰਕਾਰ ਵੱਲੋਂ ਇੱਕ ਵਿਸ਼ੇਸ਼ ਜਿਹੜਾ ਪੰਜਾਬ ਦੇ ਨਾਲ ਪਾਰਟੀਆਂ ਪੰਜਾਬ ਦੀਆਂ ਮੰਨ ਰਹੀਆਂ ਪੰਜਾਬ ਦੇ ਲੋਕ ਮੰਨ ਰਹੇ ਨੇ ਕਿ 15 ਕਿਲੋਮੀਟਰ ਤੋਂ ਜਿਹੜਾ ਕਿਲੋਮੀਟਰ ਦਾ ਦੈਰਾ ਵਧਾ ਕੇ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦੀਆਂ ਜਿਹੜੀਆਂ ਸ਼ਕਤੀਆਂ ਦਿੱਤੀਆਂ ਗਈਆਂ ਬੀਐਸਐਫ ਦਾ ਅਧਿਕਾਰ ਖੇਤਰ ਵਧਾਇਆ ਗਿਆ ਉਸ ਬਿੱਲ ਉਹਦੇ ਉੱਪਰ ਲੈ ਕੇ ਇੱਕ ਚਰਚਾ ਹੋਵੇਗੀ ਸਰਕਾਰ ਆ ਇੱਕ ਜਿਹੜਾ ਨਿੰਦਾ ਮਤਾ ਪਾਸ ਕਰੇਗੀ ਤੇ ਜਿਹੜਾ ਭਾਰਤ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਕੀਤਾ ਗਿਆ ਉਹਨੂੰ ਰੱਦ ਕੀਤਾ ਜਾਣਾ ਬੇਸਿਕਲੀ ਉਸ ਪਰ ਚਰਚਾ ਹੋਣ ਵਾਸਤੇ ਸਪੈਸ਼ਲ اجلاس ਆ ਜਿਹੜਾ ਬੁਲਾਇਆ ਗਿਆ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਸ ਮੁੱਦੇ ਪਰ ਇੱਕ ਜਿਹੜੀ ਸਰਬਸਾਂਝੀ ਪਾਰਟੀ ਆ ਸਰਬੱਤਲ ਪਾਰਟੀਆਂ ਦੀ ਇੱਕ ਮੀਟਿੰਗ ਕੋ ਲਈ ਤੀ ਜਿਹਦੇ ਵਿੱਚ ਇਹੀ ਫੈਸਲਾ ਹੋਇਆ ਤਾਂ ਕਿ ਇੱਕ ਸੈਸ਼ਨ ਬੁਲਾਇਆ ਜਾਵੇ ਉਹਦੇ ਵਿੱਚ ਇਸ ਨੂੰ ਰੱਦ ਕੀਤਾ ਜਾਵੇ ਹੁਣ ਇੱਕ ਦਿਨ ਦਾ ਸੈਸ਼ਨ ਆ ਇੱਕ ਦਿਨ ਦੇ ਵਿੱਚ ਪੰਜਾਬੀ ਤੇ ਕਹਾਵਤਾ ਵੀ ਕੀ ਗੰਜੀ ਨਹਾਏਗੀ ਕੀ ਨਚੋੜੇਗੀ ਉਹਦੇ ਵਿੱਚ ਇੱਕ ਤਾਂ ਬੀਐਸਐਫ ਦਾ ਜਿਹੜਾ ਮੁੱਦਾ ਹੈ ਜਿਹੜਾ ਉਹ ਅਧਿਕਾਰ ਖੇਤਰ ਵਧਾਇਆ ਇਹ ਇੱਕ ਉੱਥੇ ਨਿੰਦਾ ਮਤਾ ਪਾਸ ਹੋਵੇਗਾ ਤੇ ਉਹਨੂੰ ਰਿਜੈਕਟ ਕੀਤਾ ਜਾਵੇਗਾ ਉਹ ਤੁਕੇ ਨਾਲ ਦੀ ਨਾਲ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਆ ਜਿਹੜੇ ਲੰਬੇ ਸਮੇਂ ਤੋਂ ਦਿੱਲੀ ਦੀਆਂ ਜਿਹੜੇ ਬਾਰਡਰ ਨੇ ਉੱਥੇ ਬਿਠਰੇ ਪਿਛਲੇ 11 ਮਹੀਨਿਆਂ ਤੋਂ 26 ਨਵੰਬਰ ਨੂੰ ਇੱਕ ਸਾਲ ਆ ਜਿਹੜਾ ਉਹ ਪੂਰਾ ਹੋ ਜਾਏਗਾ ਉਹ ਜਿਹੜੇ ਬਿਲਾ ਭਾਵੇਂ ਕਿ ਪੰਜਾਬ ਦੀ ਸਰਕਾਰ ਆ ਜਦੋਂ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸਨ ਉਹਨਾਂ ਨੇ ਕੇਂਦਰ ਸਰਕਾਰ ਦੇ ਬਿਲਾ ਨੂੰ ਨਿੰਦਾ ਕਰਦੇ ਹੋਏ ਇੱਕ ਜਿਹੜੇ ਕਾਨੂੰਨਾਂ ਦੇ ਵਿੱਚ ਸੋਧ ਕਰ ਦਿੱਤੀ ਸੀ ਪਰ ਹੁਣ ਜਿਹੜੀ ਕਿ ਜਦੋਂ ਇੱਕ ਸਰਕਾਰ ਆ ਪਰ ਦਬਾਅ ਪਾਇਆ ਜਾ ਰਿਹਾ ਕਿਸਾਨਾਂ ਨੇ ਉਦੋਂ ਤੋਂ ਹੀ ਇਹ ਗੱਲ ਕੀਤੀ ਜਾ ਰਹੀ ਸੀ ਕਿ ਇੱਕ ਜਿਹੜੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆ ਉਹਨੂੰ ਇਹ ਕਾਨੂੰਨ ਆ ਜਿਹੜੇ ਰੱਦ ਕਰਨੇ ਚਾਹੀਦੇ تھے ਨਾ ਕਿ ਉੱਥੇ ਜਿਹੜੇ ਕਾਨੂੰਨਾਂ ਵਿੱਚ ਸੋਧ ਕਰਨੀ ਚਾਹੀਦੀ ਸੀ ਹੁਣ ਉਹਨਾਂ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਵੀ ਪੰਜਾਬ ਸਰਕਾਰ ਦੇ ਜਿਹੜੀ ਇੱਕ ਪ੍ਰਸਤਾਵ ਆ ਜਿਹੜੀ ਉਹ ਲੈ ਕੇ ਆਵੇਗੀ ਹੁਣ ਜਿਹੜੇ ਕਾਨੂੰਨੀ ਮਾਹਰ ਨੇ ਉਹ ਇਸ ਗੱਲ ਨੂੰ ਰਾਏ ਦੇ ਰਹੇ ਨੇ ਕਿ ਪੰਜਾਬ ਸਰਕਾਰ ਦੇ ਕੋਲ ਕਾਨੂੰਨੀ ਤੌਰ ਤੇ ਕੋਈ ਅਧਿਕਾਰ ਨਹੀਂ ਕਿ ਉਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਜਿਹੜੇ ਕੇਂਦਰ ਸਰਕਾਰ ਦੇ ਕਾਨੂੰਨ ਬਣਾਏ ਹੋਏ ਨੇ ਉਹਨਾਂ ਨੂੰ ਕੇਂਦਰ ਸਰਕਾਰ ਆ ਜਿਹੜੀ ਉਹ ਰਿਜੈਕਟ ਕਰ ਸਕਦੀ ਆ ਹਾਂ ਪੰਜਾਬ ਸਰਕਾਰ ਕੋਲ ਇੱਕ ਰਾਈਟ ਹੈ ਕਿਉਂਕਿ ਖੇਤੀ ਪ੍ਰਧਾਨ ਸੋਭਾ ਪੰਜਾਬ ਸਰਕਾਰ ਆ ਜਿਹੜੀ ਕੇਂਦਰ ਨਾਲੋਂ ਵੱਧ ਜੇ ਕੋਈ ਸਹੂਲਤ ਦੇਣੀ ਹੋਵੇ ਕਿਸਾਨਾਂ ਨੂੰ ਉਹ ਆਪਣੇ ਪੱਖੋਂ ਉਹਦੇ ਵਿੱਚ ਹੋਰ ਵਿਸ਼ੇਸ਼ ਜਿਹੜੀਆਂ ਅਰੈਤਾਂ ਉਹ ਦੇ ਸਕਦੀ ਆ ਕੇਂਦਰ ਨਾਲੋਂ ਜਿਹੜੇ ਕਾਨੂੰਨ ਹੁੰਦੇ ਆ ਸਟੇਟ ਸਰਕਾਰ ਆ ਉਹਦੇ ਵਿੱਚ ਸੋਧ ਕਰਕੇ ਉਹਨੂੰ ਬਾਦੂ ਤੇ ਜਿਹੜੀਆਂ ਸਹੂਲਤਾਂ ਜਾਂ ਬਾਦੂ ਤੇ ਕੋਈ ਰੋਕਾਂ ਉਹ ਲਾ ਸਕਦੀਆਂ ਪਰ ਕੇਂਦਰ ਸਰਕਾਰ ਦੇ ਜਿਹੜਾ ਕਾਨੂੰਨ ਆ ਉਹਨੂੰ ਰਿਜੈਕਟ ਕਰਨ ਦਾ ਸਿੱਧਾ ਕਿਸੇ ਸਟੇਟ ਕੋਲ ਕੋਈ ਅਧਿਕਾਰ ਨਹੀਂ ਹਾਂ ਜੇ ਸਾਰੀਆਂ ਸਟੇਟਾਂ ਇਸ ਮੁੱਦੇ ਨੂੰ ਰੱਦ ਕਰਨ ਤਾਂ ਕਿਤੇ ਜਾ ਕੇ ਇੱਕ ਸਾਂਝੀ رائے ਬਣ ਜਾਂਦੀ ਆ ਕਿ ਜਿੰਨੇ ਪਰਸੈਂਟ ਜਿਹੜੇ ਸਟੇਟ ਆ ਉਹਨਾਂ ਨੇ ਮਾਨਤਾ ਦੇਣੀ ਹੁੰਦੀ ਆ ਵੀ ਉਹ ਸਟੇਟਾਂ ਨੇ ਮਾਨਤਾ ਨਹੀਂ ਦਿੱਤੀ ਉਸ ਵਾਸਤੇ ਇਤਨਾ ਕਿਤੇ ਜਿਹੜੀ ਕੇਂਦਰ ਸਰਕਾਰ ਆ ਫਿਰ ਉਹਨੂੰ ਸੋਚਣਾ ਪੈ ਸਕਦਾ ਇਸ ਕਰਕੇ ਜਿਹੜਾ ਇਹ ਜਿਵੇਂ ਪਿਛਲੇ ਸੈਸ਼ਨ ਰਹੇ ਨੇ ਹੁਣ ਇਹ ਸੈਸ਼ਨ ਦੇ ਵਿੱਚ ਵੀ ਲੋਕ ਹਿੱਤ ਦੇ ਜਿਹੜੇ ਮਸਲੇ ਆ ਉਹਨਾਂ ਪਰ ਕੋਈ ਬਹੁਤੀ ਚਰਚਾ ਨਹੀਂ ਹੋਈ ਜਿਵੇਂ ਕਿ ਅੱਜ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਹੋਰਾਂ ਨੇ ਵੀ ਕਿਹਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੋਰ ਇਹਨਾਂ ਨੇ ਵੀ ਕਿਹਾ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਬਤਾਇਕ ਨੇ ਉਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਇੱਕ ਡੰਗ ਟਪਾਉ ਆ ਜਿਹੜਾ ਸੈਸ਼ਨ ਹੋ ਰਿਹਾ ਹੈ ਕਿ ਲੋਕਾਂ ਦੇ ਜਿਹੜੇ ਮਸਲੇ ਨੇ ਬਹੁਤ ਸਾਰੇ ਭਗ ਦੇ ਮੁੱਦੇ ਨੇ ਉਹਦੇ ਪਰਚਰਚਾ ਹੋਣੀ ਚਾਹੀਦੀ ਆ ਆਮ ਆਦਮੀ ਪਾਰਟੀ ਦੀ ਮੰਗ ਹੈ ਕਿ 15 ਦਿਨਾਂ ਦਾ ਸੈਸ਼ਨ ਹੋਣਾ ਚਾਹੀਦਾ ਆ ਅਕਾਲੀ ਦਲ ਵੀ ਕਹਿ ਰਿਹਾ ਕਿ ਸੈਸ਼ਨ ਵਧਣਾ ਚਾਹੀਦਾ ਹੈ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਕਿਹਾ ਕਿ ਸੈਸ਼ਨ ਵਧਣਾ ਚਾਹੀਦਾ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਤਾਂ ਵਿਰੋਧੀ ਧਿਰਾਂ ਦੇ ਵਿੱਚ ਬੈਠੇ ਨਹੀਂ ਇਹ ਪਾਰਟੀਆਂ ਨੇ ਚਾਹੇ ਅਕਾਲੀ ਦਲ ਆ ਚਾਹੇ ਕੋਈ ਹੋਰ ਉਦੋਂ ਤਾਂ ਇਹ ਸੈਸ਼ਨ ਵਧਾਉਣ ਦੀਆਂ ਗੱਲਾਂ ਕਰਦੇ ਨੇ ਵੀ 15 ਦਿਨ ਹੋਣਾ ਚਾਹੀਦਾ ਹੈ 10 ਹੋਣਾ ਚਾਹੀਦਾ ਹੈ ਹਰ ਮੁੱਦੇ 'ਤੇ ਚਰਚਾ ਹੋਣੀ ਚਾਹੀਦੀ ਆ ਪਰ ਜਦੋਂ ਇਹ ਸੱਤਾ ਦੀ ਕੁਰਸੀ 'ਤੇ ਬੈਠ ਜਾਂਦੇ ਨੇ ਟ੍ਰੇਜਰੀ ਵਿੰਚਰ 'ਤੇ ਪਰ ਆ ਜਾਂਦੇ ਤਾਂ ਉਹਨਾਂ ਦਾ ਇੱਕਦਮ ਜਿਹੜਾ ਨਜ਼ਰੀਆ ਉਹ ਬਿਲਕੁਲ ਬਦਲ ਜਾਂਦਾ ਹੁਣ ਤੁਸੀਂ ਦੇਖੋ ਅੱਜ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਜਦੋਂ ਇਹ ਇਸੇ ਸਦਨ ਦੇ ਵਿੱਚ ਸਦਨ ਦੇ ਵਿਰੋਧੀ ਧਿਰ ਦੇ ਨੇਤਾ ਬਣੇ ਸਨ ਤਾਂ ਉਦੋਂ ਅਕਾਲੀ ਦਲ ਦੀ ਸਰਕਾਰ ਧੀ ਚਰਨਜੀਤ ਸਿੰਘ ਚੰਨੀ ਉਰਾਂ ਦੀ ਅਗਵਾਈ ਹੇਠ ਪੰਜਾਬ ਕਾਂਗਰਸ ਦੇ ਐਮ ਐਲ ਏ ਨੇ ਲੈਜਿਸਲੇਟਿਵ ਜਿਹੜੀ ਅਸੈਂਬਲੀ ਦੇ ਮੈਂਬਰ ਨੇ ਇਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਅੰਦਰ ਇੱਕ ਧਰਨਾ ਲਾਇਆ ਜਿਹੜੀਆਂ ਰਾਤਾਂ ਉਹ ਵੀ ਇਹਨਾਂ ਨੇ ਉੱਥੇ ਗੁਜ਼ਾਰੀਆਂ ਸੀਗੀਆਂ ਕਿ ਜਿਹੜਾ ਸੈਸ਼ਨ ਆ ਉਹ ਵਧਾਇਆ ਜਾਣਾ ਚਾਹੀਦਾ ਹੈ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੁਣੀਆਂ ਜਾਣੀਆਂ ਚਾਹੀਦੀਆਂ ਅੱਜ ਬਿਲਕੁਲ ਉਲਟ ਸਥਿਤੀ ਹੋ ਗਈ ਜਦੋਂ ਤਾਂ ਵਿਰੋਧੀ ਧਿਰ ਦੇ ਨੇਤਾ ਸੀਗੇ ਉਦੋਂ ਤਾਂ ਸਦਾਂ ਦੇ ਅੰਦਰ ਧਰਨੇ ਦਿੰਦੇ ਸੀਗੇ ਮੁਜ਼ਾਰੇ ਕਰਦੇ ਸੀਗੇ ਰਾਤਾਂ ਗਜਾਲਦੇ ਸੀਗੇ ਅੱਜ ਜਦੋਂ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠ ਕੇ ਬਿਲਕੁਲ ਜੂਠ ਧਰਨੇ ਲਿਆ ਅੱਜ ਜਿਹੜਾ ਸੈਸ਼ਨ ਆ ਉਹ ਇੱਕ ਦਿਨਾਂ ਦਾ ਬੁਲਾਇਆ ਗਿਆ ਜਦਕਿ ਜਿਹੜਾ ਸੈਸ਼ਨ ਦਾ ਪਹਿਲਾ ਪ੍ਰੋਗਰਾਮ ਆਇਆ ਸੀਗਾ ਉਹਦੇ ਵਿੱਚ ਇਹ ਸੀਗਾ ਕਿ ਅੱਜ ਜਿਹਦੋਂ ਸੈਸ਼ਨ ਸ਼ੁਰੂ ਹੋਵੇਗਾ ਜਿਹੜੇ ਰਿਵਾਇਤ ਦੇ ਮੁਤਾਬਕ ਜਿਹੜੀਆਂ ਵਿਛੜੀਆਂ ਰੂਹਾਂ ਉਹਨਾਂ ਨੂੰ ਸਰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਉਹਦੇ ਬਾਅਦ 1 ਘੰਟੇ ਵਾਸਤੇ ਜਿਹੜਾ ਸੈਸ਼ਨ ਆ ਉਹ ਮੁਲਤਵੀ ਕੀਤਾ ਜਾਵੇਗਾ ਉਹਦੇ ਬਾਅਦ ਫਿਰ ਜਿਹੜਾ ਬਿਜ਼ਨਸ ਆ ਉਹ ਸ਼ੁਰੂ ਹੋ ਜਾਵੇਗਾ ਪਰ ਕੁਝ ਦਿਨਾਂ ਬਾਅਦ ਹੀ ਸਾਰਾ ਸਿਸਟਮ ਜਿਹੜਾ ਬਦਲ ਦਿੱਤਾ ਗਿਆ ਇਹ ਨਾ ਸਿਰਫ ਜਿਹੜੇ ਲੋਕਾਂ ਦੇ ਧਨ ਦੀ ਬਰਬਾਦੀ ਹੋ ਰਹੀ ਹੈ ਕਿਤਨਾ ਕਿਤੇ ਸਰਕਾਰ ਦੀ ਜਿਹੜੀ ਮਾਨਸ਼ਾ ਹੈ ਕਾਰਗੁਜ਼ਾਰੀ ਆ ਉਹਤੇ ਵੀ ਸਵਾਲ ਖੜੇ ਕਰਦੇ ਨੇ ਕਿ ਸਰਕਾਰ ਆ ਜਿਹੜੀ ਲੋਕ ਹਿੱਤ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਮਸਨਾਂ ਨੂੰ ਲੈ ਕੇ ਕਿੰਨੀ ਕ ਸੰਜੀਦਾ ਹੈ ਕਿੰਨੀ ਕ ਗੰਭੀਰ ਆ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਪਰ ਚਰਚਾ ਹੋਣੀ ਚਾਹੀਦੀ ਆ ਮਸਲੇ ਹੱਲ ਹੋਣੇ ਚਾਹੀਦੇ ਆ ਪਰ ਸਰਕਾਰਾਂ ਦੇ ਵਿੱਚ ਅਕਸਰ ਇਹੀ ਹੁੰਦਾ ਹੈ ਕਿ ਬਹੁਤੇ ਮਸਲਿਆਂ ਦੇ ਵਿੱਚ ਬਤਾਂ ਸਾਹ ਦੇ ਵਿੱਚ ਚਰਚਾ ਨਾ ਕੀਤੀ ਜਾਵੇ ਕੋਈ ਉਹਦੇ ਜਿਹੜੇ ਉੱਥੇ ਡਿਮਾਂਡ ਆ ਕੋਈ ਉਸ਼ਾਲ ਨਾ ਦਿੱਤੀ ਜਾਵੇ ਇਹਦੇ ਨਾਲ ਜਿੱਥੇ ਲੋਕਾਂ ਦੇ ਮਸਲੇ ਆ ਜਿਹੜੇ ਉਹ ਹੱਲ ਹੋਣ ਤੋਂ ਰਹਿ ਜਾਂਦੇ ਨੇ ਜਾਂ ਲੋਕਾਂ ਦੇ ਮਸਲੇ ਤੇ ਚਰਚਾ ਨਹੀਂ ਹੁੰਦੀ ਕਿਤਨਾ ਕਤੇ ਲੋਕਾਂ ਦੇ ਨਾਲ ਜਿਹੜੀ ਆਪਾਂ ਕਹਿ ਸਕਦੇ ਆ ਵੀ ਨਾ ਇਨਸਾਫੀ ਵਾਲੀ ਗੱਲ ਆ ਖਾਸ ਕਰਕੇ ਜਿਹੜੇ ਸਾਡੇ ਜਿਹੜੀ ਲਾਲ ਪਿੱਤਾ ਸ਼ਾਈ ਆ ਅਫਸਰ ਸਾਹਿਬਾਸਤੇ ਇਹ ਕੰਮ ਬਹੁਤ ਸੌਖਾ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਜਵਾਬ ਆ ਜਿਹੜਾ ਤਿਆਰ ਨਹੀਂ ਕਰਨੇ ਪੈਂਦੇ ਸਰਕਾਰਾਂ ਨੂੰ ਜਵਾਬ ਦੇਣ ਤੋਂ ਭੱਜਦੇ ਇੱਕ ਨਾ ਕਿਤੇ ਗੱਲ ਇਹ ਹੈ ਜਿਹਦੀ ਇੱਕ ਕਿ ਸਰਕਾਰ ਜਦੋਂ ਸੈਸ਼ਨ ਹੁੰਦਾ ਹੈ ਉਹ ਜਵਾਬ ਦੇਣ ਤੋਂ ਭੱਜਦੀ ਆ ਹੁਣ ਤੱਕ ਜਿਹੜੇ ਵਿਰੋਧੀ ਧਿਰਾਂ ਦੇ ਆਗੂ ਰਹੇ ਨੇ ਜਿਦੇ ਵਿੱਚ ਮੌਜੂਦਾ ਸਰਕਾਰ ਦੇ ਕਈ ਐਮਐਲਏ ਨੇ ਚਰਨਜੀਤ ਸਿੰਘ ਚੰਨੀ ਵਿਧਾਇਕ ਦਲ ਦੇ ਆਗੂ ਰਹੇ ਨੇ ਆਪੋਜੀਸ਼ਨ ਦੇ ਲੀਡਰ ਰਹੇ ਨੇ ਆਪਣਾ ਹੋਰ ਵੀ ਆਗੂ ਰਹੇ ਨੇ ਉਹ ਸਾਰੇ ਜਣੇ ਸਰਕਾਰਾਂ 'ਪਰ ਦੋਸ਼ ਲਾਉਂਦੇ ਰਹੇ ਨੇ ਅੱਜ ਜਦੋਂ ਚਰਾਂਜਿਸ ਚੰਨੀ ਮੁੱਖ ਮੰਤਰੀ ਆ ਤਾਂ ਇਹਨਾਂ ਦੀ ਇੱਕ ਫਰਜ਼ ਬਣਦਾ ਤਾਂ ਇੱਕ ਡਿਊਟੀ ਬਣਦੀ ਦੀ ਕਿ ਸਦਨ ਦੀ ਕਾਰਵਾਈ ਨੂੰ ਲੰਬਾ ਖਿੱਚਿਆ ਜਾਣਾ ਚਾਹੀਦਾ ਤਾਂ ਹੋਰ ਜਿਹੜੇ ਮੁੱਦੇ ਤੇ ਉਹਨਾਂ 'ਪਰ ਵੀ ਚਰਚਾ ਹੋਣੀ ਚਾਹੀਦੀ ਸੀ ਤਾਂ ਕਿ ਜਿਹੜੇ ਲੋਕਾਂ ਦੇ ਮਸਲੇ ਆ ਉਹਨਾਂ ਨੂੰ ਉੱਥੇ ਵਿਚਾਰਿਆ ਜਾਂਦਾ ਬਹੁਤ ਸਾਰੇ ਮਸਲੇ ਨੇ ਮੈਨਿੰਗ ਦਾ ਮਸਲਾ ਹੈ ਟਰਾਂਸਪੋਰਟ ਮਾਫੀਆ ਦਾ ਮਸਲਾ ਹੈ ਭਾਵੇਂ ਕਿ ਹੁਣ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੇ ਦੋ 2200 ਤੋਂ ਕਰੀਬ ਜਿਹੜੀਆਂ ਬੱਸਾਂ ਉਹਨਾਂ ਜਿਹੜੀਆਂ ਬਿਨਾ ਕਾਗਜ਼ਾਂ ਤੋਂ ਚੱਲਦੀਆਂ ਤੇਆਂ ਬਿਨਾ ਕਾਗਜ਼ ਟੈਕਸ ਦਿੱਤੇ ਤੋਂ ਜਿਹੜੀਆਂ ਸੜਕਾਂ 'ਤੇ ਜਿੰਦਾ ਪਹੀਆ ਘੁੰਮਦਾ ਸੀ ਉਹਨਾਂ ਨੂੰ ਬੰਦ ਕੀਤਾ ਹੈ ਜੁਰਮਾਨੇ ਵੀ ਕੀਤੇ ਚੰਗੀ ਕਾਰਗੁਜ਼ਾਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਰੇ ਨੇ ਉਹ ਤੋਂ ਇਲਾਵਾ ਮੈਨਿੰਗ ਦਾ ਮੁੱਦਾ ਹੈ ਮਾਫੀਆ ਰਾਜ ਦਾ ਮੁੱਦਦਾ ਹੈ ਘਰ-ਘਰ ਰੁਜ਼ਗਾਰ ਦਾ ਮੁੱਦਾ ਹੈ ਹੋਰ ਲਾਰਜ ਆਰਡਰ ਦੀ ਸਥਿਤੀ ਦਾ ਮਸਲਾ ਹੈ ਕਈ ਮਸਲੇ ਆ ਜਿਹਦੇ 'ਤੇ ਚਰਚਾ ਹੋਣੀ ਚਾਹੀਦੀ ਪਰ ਹਮੇਸ਼ਾ ਹੁੰਦਾ ਇਹੀ ਹੈ ਕਿ ਸਰਕਾਰ ਆ ਜਿਹੜਾ ਜਵਾਬ ਦੇਣ ਤੋਂ ਭੱਜਦੀ ਆ ਇਹ ਇਕੱਲੀ ਮੌਜੂਦਾ ਸਰਕਾਰ ਨਹੀਂ ਜਿੰਨੀਆਂ ਵੀ ਸਰਕਾਰਾਂ ਆਈਆਂ ਲੰਬੇ ਸਮੇਂ ਤੋਂ ਅਸੀਂ ਵਧਾਨ ਸਭਾ ਨੂੰ ਕਵਰ ਕਰ ਰਿਹਾ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਆ ਕਿ ਸਰਕਾਰਾਂ ਦੀ ਜਿਹੜੀ ਨੀਤੀ ਹੈ ਜਦੋਂ ਆਪੋਜੀਸ਼ਨ ਬੈਂਚਸ 'ਤੇ ਉੱਪਰ ਬੈਠੇ ਹੁੰਦੇ ਨੇ ਉਦੋਂ ਉਹਨਾਂ ਦਾ ਬੋਲਣਾ ਸਿੱਖਣਾ ਕਰਨ ਦਾ ਕੰਮ ਆਪਣਾ ਲੈਜਾ ਰੱਖਣ ਦਾ ਜਿਹੜਾ ਹੁੰਦਾ ਗੱਲਬਾਤ ਦਾ ਉਹ ਹੋਰ ਹੁੰਦਾ ਜਿਵੇਂ ਉਹ ਸੱਤਾ ਧਿਰ ਪਰ ਆ ਜਾਂਦੇ ਆ ਤਿਉਹ ਹੋਈ ਉਹ ਸਾਰਾ ਬਿਲਕੁਲ ਜੂ ਟਰਨ ਲੈ ਲੈਂਦੇ ਆ ਇਹ ਇੱਕ ਜਿਹੜਾ ਕਿਤਨਾ ਕਿਤੇ ਪੰਜਾਬ ਦੇ ਲੋਕਾਂ ਦੇ ਨਾਲ ਨਾ ਇंसाफी ਹੋ ਰਹੀ ਆ ਪੰਜਾਬ ਦੇ ਜਿਹੜੇ ਮਸਲੇ ਆ ਪੰਜਾਬ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਵੀ ਕਿਤਨਾ ਕਿਤੇ ਵਿਚਾਰਿਆ ਨਹੀਂ ਜਾ ਰਿਹਾ ਇਸ ਕਰਕੇ ਜਿਹੜਾ ਇੱਕ ਦਿਨ ਜਿਹੜਾ ਸੈਸ਼ਨ ਆ ਤਕਨੀਕੀ ਚੌਰ ਤੌਰ ਤੇ ਭਾਵੇਂ ਚਾਰ ਦਿਨ ਦਾ ਪਰ ਕੰਮ ਕਰਦਾ ਦਿਨ ਸਿਰ ਇੱਕ ਰਹੇਗਾ ਇਹ ਕਿਤਨਾ ਕਿਤੇ ਸਿਰਫ ਖਾਣਾ ਪੂਰਤੀ ਤੇ ਡੰਗਟ ਪਾਉਣ ਦੇ ਰੂਪ ਵਿੱਚ ਹੀ ਦੇਖਿਆ ਜਾਵੇਗਾ ਸਰ ਬਾਬਲ ਬਾਬਲਪੁਰ ਗੋਲੀकांड ਮਾਮਲੇ ਦੇ ਵਿੱਚ ਐਸਪੀ ਵਿਕਰਮਜੀਤ ਸਿੰਘ ਦੀ ਬਹਾਲ ਤੋਂ ਬਾਅਦ ਚੰਨੀ ਸਰਕਾਰ ਸਵਾਲਾਂ ਦੇ ਕੇਰੇ ਵਿੱਚ ਹੈ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਬਾਬਲ ਕਲਾ ਜਿਹੜਾ ਗੋਲੀकांड ਵਾਪਰਿਆ ਇੱਕ ਬਹੁਤ ਹੀ ਘਨਾਉਣਾ ਕਾਂਡ ਸੀਗਾ ਜਿਹੜਾ ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਵੇਲੇ ਹੋਇਆ ਉਹਦੇ ਵਿੱਚ ਜਿਹੜੇ ਉਦੋਂ ਦੇ ਇੱਕ ਐਸਪੀ ਸੀਗੇ ਰੈਂਕ ਦੇ ਅਧਿਕਾਰੀ ਤੇ ਵਿਕਰਮਜੀਤ ਸਿੰਘ ਉਹਨਾਂ ਦੀ ਮੁਰਬ ਬਹਾਲੀ ਨੂੰ ਲੈ ਕੇ ਕਾਫੀ ਜਿਹੜਾ ਚਰਚਾ ਹੋ ਰਹੀ ਹੈ ਸਰਕਾਰ ਆ ਜਿਹੜੀ ਬੈਕਪੁੱਟ ਤੇ ਆਈ ਹੈ ਹੁਣ ਹੋ ਕੀ ਰਿਹਾ ਇਸ ਮਾਮਲੇ ਦੇ ਵਿੱਚ ਜਦੋਂ মিডিਆ ਟ੍ਰਾਇਲ ਸ਼ੁਰੂ ਹੋ ਗਿਆ ਹੈ মিডিਆ ਦੇ ਵਿੱਚ ਜਿਹੜੀਆਂ ਪੋਲਿਟਿਕਲ ਪਾਰਟੀਆਂ ਆ ਉਹ ਆਮੋ ਸਾਹਮਣੇ ਹੋ ਗਈਆਂ ਤਾਂ ਇਹ ਲੱਗ ਰਿਹਾ ਹੈ ਕਿ ਸਰਕਾਰ ਆ ਜਿਹੜੀ ਇਸ ਮੁੱਦੇ ਪਰ ਘਿਰ ਗਈ ਆ ਤਾਂ ਜਿਹੜੇ ਗ੍ਰਹਿ ਮੰਤਰੀ ਨੇ ਉਪ ਮੁੱਖ ਮੰਤਰੀ ਨੇ ਸੁਖਵਿੰਦਰ ਸਿੰਘ ਰੰਧਾਵਾ ਉਹਨਾਂ ਨੇ ਇਸ ਗੱਲ ਪਰ ਜ਼ੋਰ ਦਿੱਤਾ ਹੈ ਇਹ ਗੱਲ ਲੋਕਾਂ ਨੂੰ ਕਲੈਰਟੀ ਦੇਣ ਦਾ ਇੱਕ ਯਤਨ ਕੀਤਾ ਹੈ ਕਿ ਇਸ ਮਾਮਲੇ ਦੇ ਵਿੱਚ ਮੌਜੂਦਾ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਆ ਜਾ ਉਹਨਾਂ ਦਾ ਕਿਉਂਕਿ ਉਹ ਗ੍ਰਹਿ ਭਾਗ ਦੇ ਜਿਹੜੇ ਮੁਖੀ ਨੇ ਮੰਤਰੀ ਨੇ ਉਹ ਸੁਖਜਿੰਤਾ ਸਿੰਘ ਰਧਾਵਾ ਨੇ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਕਿ ਇਸ ਮਾਰੇ ਦੀ ਜਦੋਂ ਇਹਨਾਂ ਨੂੰ ਚਾਰ ਸ਼ੀਟ ਕੀਤਾ ਗਿਆ ਜਦੋਂ ਇਹਨਾਂ ਦੇ ਪਰ ਕਾਰਵਾਈ ਕੀਤੀ ਗਈ ਆ ਤਾਂ ਜਿਹੜੇ ਉਦੋਂ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੇ ਇਹਨਾਂ ਨੂੰ ਬਹਾਲ ਲਿਆ ਜਿਹੜੀ ਆਰਡਰ ਆ ਜਿਹੜੇ ਉਹ ਕੀਤੇ ਆ ਕਿ ਇਹਨਾਂ ਦੇ ਖਿਲਾਫ ਵੀ ਇੱਕ ਇਨਕਰੀਮੈਂਟ ਕੱਟ ਕੇ ਇਹਨਾਂ ਦੀ ਜਿਹੜੀ ਇਹਨਾਂ ਨੂੰ ਬਹਾਲ ਕਰ ਦਿੱਤਾ ਜਾਵੇ ਦੇਖੋ ਇਨਕਰੀਮੈਂਟ ਕੱਟੀ ਜਾਣੀ ਐਡੀ ਕੋਈ ਵੱਡੀ ਸਜ਼ਾ ਨਹੀਂ ਹਾਂ ਸਜ਼ਾ ਹੈ ਕਿ ਉਹਨਾਂ ਦੀ ਇੱਕ ਜਿਹੜੀ ਸਨੋਟੀ ਆ ਇੱਕ ਉਹਨਾਂ ਦੀ ਤਰੱਕੀ ਜਿਹੜੀ ਰੁਕ ਗਈ ਉਹਦੇ ਨਾਲ ਕਿਤਨਾ ਕਿਤੇ ਜੇ ਮੰਨ ਲਓ ਕਿਸੇ ਦੀ 50000 ਤਨਖਾਹ ਹੈ ਜੇ ਇਹਨੂੰ 50000 ਦੀਏਗਾ 45000 ਮਿਲ ਜਾਏ ਕੋਈ ਬਹੁਤੀ ਲੱਗਦਾ ਫਰਕ ਨਹੀਂ ਪੈਂਦਾ ਹੈਗਾ ਉਧਰ-ਉਧਰ ਤੇ ਹੋਰ ਪਾਸੇ ਤੋਂ ਵੀ ਇਹ ਕੱਟ ਸਕਦੇ ਨੇ ਗੱਲ ਤਾਂ ਇਹ ਹੈ ਕਿ ਤੁਹਾਨੂੰ ਜਿਸ ਬੰਦੇ ਨੇ ਵੱਡਾ ਅਪਰਾਧ ਕੀਤਾ ਹੈ ਜਦੋਂ ਤੱਕ ਤੁਸੀਂ ਉਹਨੂੰ ਫੌਜਦਾਰੀ ਜੁਰਮ ਦੇ ਤਹਿਤ ਕਾਰਵਾਈ ਨਹੀਂ ਕੀਤੀ ਜਾਂਦੀ ਕੋਈ ਵੱਡੀ ਸਜ਼ਾ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਜਿਹੜੇ ਹੋਰ ਲੋਕ ਨੇ ਹੋਰ ਅਧਿਕਾਰੀ ਨੇ ਹੋਰ ਦੋਸ਼ੀ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਵਾਂਗੇ ਇਸ ਕਰਕੇ ਠੀਕ ਆ ਇਹ ਕਾਨੂੰਨੀ ਤੌਰ ਤੇ ਜਿਹੜੀ ਕਾਰਵਾਈ ਆ ਉਹ ਹੋਣੀ ਚਾਹੀਦੀ ਆ ਹੁਣ ਦੋ ਗੱਲਾਂ ਨੇ ਇੱਕ ਤਾਂ ਸਰਵਿਸ ਰੂਲ ਦੇ ਮੁਤਾਬਕ ਜਿਹੜੀ ਕਾਰਵਾਈ ਆ ਉਹ ਇਹੀ ਹੁੰਦੀ ਆ ਕਿ ਜਦੋਂ ਕਿਸੇ ਪਰ ਕੋਈ ਦੋਸ਼ ਲੱਗਦਾ ਹੈ ਉਹਦੇ ਪਰ ਚਾਰਜ ਸ਼ੀਟ ਜਾਰੀ ਕੀਤੀ ਜਾਂਦੀ ਆ ਚਾਰਜ ਸ਼ੀਟ ਦੇਣ ਤੋਂ ਬਾਅਦ 21 ਦਿਨਾਂ ਦੇ ਵਿੱਚ ਚਾਰਜ ਸ਼ੀਟ ਜਾਰੀ ਹੋਣ ਤੋਂ ਬਾਅਦ ਜਿਹੜਾ ਸਬੰਧਤ ਮੁਲਾਜ਼ਮ ਹੁੰਦਾ ਹੈ ਅਧਿਕਾਰੀ ਹੁੰਦਾ ਉਹਨੇ ਆਪਣਾ ਪੱਖ ਰੱਖਣਾ ਹੁੰਦਾ ਫਿਰ ਉਹਦਾ ਪੱਖ ਨਾਲ ਸਰਕਾਰ ਸਹਿਮਤ ਹੈ ਜਾਂ ਨਹੀਂ ਹੈ ਫਿਰ ਇੱਕ ਉਹਦੀ ਰੈਗੂਲਰ ਇਨਕੁਆਇਰੀ ਹੋਣੀ ਹੁੰਦੀ ਆ ਰੈਗੂਲਰ ਜਿਹੜਾ ਅਧਿਕਾਰੀ ਆ ਇਨਵੈਸਟੀਗੇਟਰ ਅਫੀਸਰ ਆ ਜਾਂਚ ਅਧਿਕਾਰੀ ਨਿਯੁਕਤ ਕੀਤਾ ਜਾਂਦਾ ਉਹ ਆਪਣੀ ਜਾਂਚ ਆ ਜਿਹੜੀ ਉਹ ਕਰਦਾ ਹੈ ਜਾਂਚ ਕਰਨ ਤੋਂ ਬਾਅਦ ਦੋਸ਼ੀ ਦਾ ਵੀ ਪੱਖ ਸੁਣਦਾ ਹੈ ਕਿ ਵਾਹਾਂ ਦਾ ਹੀ ਪੱਖ ਸੁਣਦਾ ਉਹ ਪੱਖ ਸਾਰੇ ਸੁਣ ਤੋਂ ਬਾਅਦ ਹੀ ਇੱਕ ਰਿਪੋਰਟ ਜਿਹੜੀ ਤਿਆਰ ਆ ਉਹ ਕੀਤੀ ਜਾਂਦੀ ਆ ਉਹਦੇ ਜਾਂਚ ਰਿਪੋਰਟ ਦੇ ਆਧਾਰ ਪਰ ਸਰਕਾਰ ਨੇ ਫਿਰ ਅੱਗੇ ਫੈਸਲਾ ਲੈਣਾ ਹੁੰਦਾ ਇਹ ਤਾਂ ਇੱਕ ਹੈਗਾ ਜਿਹੜਾ ਇਹਦਾ ਆਪਣੇ ਸਰਵਿਸ ਰੂਲ ਦੇ ਨੀਮ ਜੇ ਦੂਜੇ ਪਾਸੇ ਜਿਹੜਾ ਫੌਜਦਾਰੀ ਪਰਚਾ ਦਰਜ ਹੁੰਦਾ ਕੋਈ ਮਾਮਲਾ ਦਰਜ ਹੋ ਗਿਆ ਚਾਹੇ ਉਹ ਕਰਪਸ਼ਨ ਦਾ ਹੋਵੇ ਚਾਹੇ ਕੋਈ ਹੋਰ ਆ ਜਿਹੜਾ ਸੀ ਆਰ ਪੀ ਸੀ ਦੇ ਤਹਿਤ ਆਰ ਆਈ 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 ਪੀ ਸੀ ਦੇ ਤਹਿਤ ਕੋਈ ਮਾਮਲਾ ਦਰਜ ਹੁੰਦਾ ਉਹਦੇ ਵਿੱਚ ਫਿਰ ਇਹ ਸਾਰੀ ਕਾਰਵਾਈ ਆ ਜਿਹੜੀ ਜਦੋਂ ਕੋਈ ਚਲਾਨ ਪੇਸ਼ ਹੁੰਦਾ ਉਹ ਕੋਰਟ ਨੇ ਦੇਖਣਾ ਹੁੰਦਾ ਫਿਰ ਕੋਰਟ ਆ ਉਹਦੇ ਮੁਤਾਬਕ ਗਵਾਹਾਂ ਨੂੰ ਦੇਖ ਕੇ ਜਾਂ ਸਰਕਾਰ ਦੀ ਕਿ ਆ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਪਟੀਸ਼ਨ ਆ ਉਹਦੇ ਵਿੱਚ ਕੀ ਚੱਲ ਰਿਹਾ ਉਹ ਸਾਰਾ ਪ੍ਰੋਸੀਕਿਊਟਰ ਨੇ ਕੀ ਪੱਖ ਰੱਖਿਆ ਹੈ ਗਵਾਹਾਂ ਦਾ ਕੀ ਪੱਖਾ ਇਹ ਸਾਰ ਨੂੰ ਦੇਖ ਕੇ ਜਿਹੜਾ ਉਹ ਅਦਾਲਤ ਫੈਸਲਾ ਦਿੰਦੀ ਆ ਉਹਦੇ ਮੁਤਾਬਿਕ ਜਿਹੜਾ ਇਹ ਗੱਲ ਅੱਗੇ ਨੱਕਰ ਹੀ ਆਉਂਦੀ ਆ ਹੁਣ ਤੁਸੀਂ ਦੇਖੋ ਇਹਦੇ ਖਿਲਾਫ ਇੱਕ ਅਪਰਾਧਿਕ ਮਾਮਲਾ ਜਿਹੜਾ ਦਰਜ ਉਹ ਹੋਇਆ ਹੋਇਆ ਸੀ ਇਸ ਕਰਕੇ ਸਰਕਾਰ ਦਾ ਫਰਜ਼ ਬਣਦਾ ਸੀਗਾ ਕਿ ਜਦੋਂ ਇਸ ਮਾਮਲੇ ਦੇ ਵਿੱਚ ਇਹ ਦੋਸ਼ੀ ਚੱਲ ਰਹੇ ਨੇ ਤਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਸਸਪੈਂਡ ਕੀਤਾ ਜਾਣਾ ਚਾਹੀਦਾ ਹੁਣ ਇਹਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੀ ਜਾਂ ਚਾਰਾਂਜੀਤ ਸਿੰਘ ਚੰਨੀ ਹੋਰਾਂ ਦੀ ਇਹ ਗੱਲ ਕਹਿ ਕੇ ਖਹਿੜਾ ਨਹੀਂ ਛੁੱਟਣਾ ਕਿ ਇਹ ਤਾਂ ਜੀ ਪਿਛਲੇ ਸਰਕਾਰ ਆ ਜਿਹੜੀ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਨੇ ਇਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਦਾ ਸਰਕਾਰ ਹੁਣ ਦੀ ਚਾਹੇ ਕਿ ਉਹਨਾਂ ਨੂੰ ਦੁਬਾਰਾ ਸਸਪੈਂਡ ਵੀ ਕਰ ਸਕਦੀ ਆ ਦੁਬਾਰਾ ਉਹਨਾਂ ਨੂੰ ਜਿਹੜਾ ਟਰਮੀਨੇਟ ਆ ਜਿਹੜਾ ਉਹ ਕਰ ਸਕਦੀ ਆ ਇਹ ਪੰਜਾਬ ਸਰਕਾਰ ਦੇ ਹੱਥ ਵਿੱਚ ਆ ਸੁਖਾ ਜਿੰਦਰ ਸਿੰਘ ਖਰਦਾਵਾ ਦੇ ਹੱਥ ਵਿੱਚ ਆ ਮੁੱਖ ਮੰਤਰੀ ਚਰਨ ਸਿੰਘ ਚੰਨੀ ਹੋਰਾਂ ਦੇ ਹੱਥ ਵਿੱਚ ਕੈਬਨਟ ਨਾਵਾ ਫੈਸਲਾ ਲੈ ਸਕਦੀ ਹੈ ਜਦੋਂ ਪੰਜਾਬ ਦੇ ਲੋਕ ਆ ਜਿਹੜੇ ਦੁਖੀ ਹੋ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਉਹਨਾਂ ਦੇ ਨਾਲ ਅਨਿਆਏ ਨਹੀਂ ਅਨਿਆਏ ਹੋ ਰਿਹਾ ਕਿਉਂਕਿ ਬੇਵਲ ਕਲਾਂ ਗੋਲੀ ਕਾਂਡ ਕੋਟਕਪੁਰਾ ਗੋਲੀ ਕਾਂਡ ਇੱਕ ਬਹੁਤ ਵੱਡਾ ਜਿਹੜਾ कांड ਬਾਪ ਰਿਆ ਸੀਗਾ ਜਿਹਦੇ ਨਾਲ ਸਿੱਖਾਂ ਤੇ ਹਿਰਦੇ ਬਲਉਂਦਰੇ ਗਏ ਤੇ ਇਸ ਕਾਂਡ ਦੇ ਕਾਰਨ ਹੀ ਜਿਹੜੀ 10 ਸਾਲਾਂ ਦੀ ਸਰਕਾਰ ਰਹੀ ਆ ਪੰਜਾਬ ਦੇ ਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੀ ਆ ਇਸ ਕਾਂਡ ਕਰਕੇ ਹੀ ਇਹਨਾਂ ਘਟਨਾਵਾਂ ਕਰਕੇ ਬੇਅਦਬੀ ਤੇ ਬਾਈਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਕਰਕੇ ਹੀ ਉਹ ਸਰਕਾਰ ਨੂੰ ਜਿਹੜੀ ਕਿ ਸੱਤਾ ਤੋਂ ਦੂਰ ਹੋਣਾ ਪਿਆ ਇਸ ਘਟਨਾ ਕਰਕੇ ਜਿਹੜਾ ਲੋਕਾਂ ਦਾ ਰੋਸ ਸੀਗਾ ਲੋਕਾਂ ਦਾ ਗੁੱਸਾ ਤਾਂ ਲੋਕਾਂ ਨੇ ਜਿਹੜਾ ਆਪਣਾ ਫਤਵਾ ਦਿੱਤਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਤੇ ਇਹ ਬਚਾਤਾਰ ਨੂੰ ਦੇਖ ਕੇ ਕੈਪਟਨ ਬਰਿੰਦਰ ਸਿੰਘ ਦੇ ਭਰੋਸੇ ਨੂੰ ਦੇਖ ਕੇ ਕੈਪਟਨ ਬਰਿੰਦਰ ਸਿੰਘ ਦੇ ਬਾਦਰ ਨੂੰ ਦੇਖ ਕੇ ਲੋਕਾਂ ਨੇ ਜਿਹੜਾ ਫਤਵਾ ਉਹ ਕੈਪਟਨ ਬਰਿੰਦਰ ਸਿੰਘ ਨੂੰ ਦਿੱਤਾ ਦਾ ਪਰ ਇਸ ਮਸਲੇ ਦੇ ਉੱਪਰ ਹੁਣ ਤੱਕ 2015 ਤੋਂ ਲੈ ਕੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਇਹ ਮਾਮਲਾ ਜਿਹੜਾ ਕੋਟਕਚੇਰੀਆਂ ਦੇ ਚੱਕਰ ਵਿੱਚ ਉਲਝਿਆ ਹੋਇਆ ਅੱਜ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਹੀ ਸਰਕਾਰ ਨੂੰ ਖਿੱਚਿਆ ਕੇ 6 ਮਹੀਨੇ ਪਹਿਲਾਂ ਇੱਕ ਜਦੋਂ ਆਈਜੀ ਕਮਰਬਿਜੇ ਪ੍ਰਤਾਪ ਦੀ ਅਗਵਾਹੀ ਹੇਠ ਇੱਕ ਸਿੱਟਵ ਜਿਹੜੀ ਬਣੀ ਹੋਈ ਸੀ ਉਹ ਹਾਈ ਕੋਰਟ ਆ ਜਿਹੜਾ ਰੱਦ ਕਰ ਦਿੱਤਾ ਕਰਦਾ ਕਿ ਇਹ ਹਾਈ ਕੋਰਟ ਨੇ ਜਿਹੜੀ ਕਮਰਬਿਜੇ ਪ੍ਰਤਾਪ ਦੀ ਜਿਹੜੀ ਸਿੱਟ ਦੀ ਰਿਪੋਰਟ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਤੇ ਨਵੇਂ ਇੱਕ ਜਾਂਚ ਦੀ ਟੀਮ ਬਣਾਉਣ ਦਾ ਇੱਕ ਆਰਡਰ ਦਿੱਤੇ ਤੇ ਕਿ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੀ ਇੱਕ ਨਵੀਂ ਜਿਹੜੀ ਜਾਂਚ ਰਿਪੋਰਟ ਆ ਜਿਹੜੀ ਫਾਈਨਲ ਕੀਤੀ ਜਾਵੇ ਤਾਂ ਸਰਕਾਰ ਨੇ ਉਦੋਂ ਐਲਕੇ ਜਾਦਵ ਦੀ ਅਗਵਾਹੀ ਹੇਠ ਇੱਕ ਨਵੀਂ ਜਿਹੜਾ ਸਿੱਟਾ ਬਣਾਈ ਸੀਗੀ ਤੇ 6 ਮਹੀਨੇ ਦੇ ਵਿੱਚ ਇਸ ਸਟ ਨੇ ਆਪਣੇ ਜਿਹੜੇ ਉਹ ਜਿਹੜੀ ਰਿਪੋਰਟ ਆ ਉਹ ਦੇਣੀ ਸੀਗੀ ਪਰ 6 ਮਹੀਨੇ ਦਾ ਸਵਾ ਨਿਕਲ ਚੁੱਕਿਆ ਸਰਕਾਰ ਨੇ ਇਸ ਮਾਲ ਦੇ ਵਿੱਚ ਕੋਈ ਕਦਮ ਨਹੀਂ ਚੁੱਕਿਆ ਇਸ ਮੁੱਦੇ ਤੇ ਅੱਜ ਨਵਜੋਤ ਸਿੰਘ ਸਿੱਤੂ ਨੇ ਆਪਣੀ ਸਰਕਾਰ ਤੇ ਫਿਰ ਕਿਤਨਾ ਕਿਤੇ ਰੂਪ ਦੇ ਵਿੱਚ ਨਿਸ਼ਾਨਾ ਲਿਆ ਹੈ ਸਰਕਾਰ ਨੂੰ ਘੇਰਿਆ ਸਰਕਾਰ ਤੇ ਸਿੱਧੇ ਰੂਪ ਦੇ ਵਿੱਚ ਉਹਨਾਂ ਨੇ ਜਿਹੜੇ ਦੋਸ਼ੀ ਤੇ ਉਹਨਾਂ ਨੂੰ ਬਚਾਉਣ ਦਾ ਇੱਕ ਤਰ੍ਹਾਂ ਦਾ ਦੋਸ਼ ਆਇਆ ਖਾਸ ਕਰਕੇ ਸੁਮੇਸ਼ ਸਿੰਘ ਸੈਣੀ ਜਿਨ੍ਹਾਂ ਦੇ ਖਿਲਾਫ ਉਹ ਤੋਂ ਮਾਮਲਾ ਦਰਜ ਹੋਇਆ ਸੀ ਇਹਨਾਂ ਨੂੰ ਬਲੈਕਕਟ ਬੇਲ ਬੇਲ ਆ ਜਿਹੜੀ ਮਿਲੀ ਹੋਈ ਆ ਕਿ ਉਹ ਬਲੈਕਕਟ ਬੇਲ ਆ ਜਿਹੜੀ ਉਹ ਤੜਵਾਉਣ ਵਾਸਤੇ ਖਾਜ ਕਰਾਉਣ ਵਾਸਤੇ ਸਰਕਾਰ ਨੇ ਐਸ ਐਲ ਪੀ ਵੀ ਸਪੈਸ਼ਲ ਲੀ ਪਟੀਸ਼ਨ ਆ ਜਿਹੜੀ ਉਹ ਵੀ ਦਰ ਨਹੀਂ ਕੀਤੀ ਸਰਕਾਰ ਇਸ ਮਸਲੇ ਪਰ ਜੋ ਕਦਮ ਚੁੱਕਣੇ ਚਾਹੀਦੇ ਆ ਉਹ ਸਰਕਾਰ ਕਦਮ ਚੁੱਕ ਨਹੀਂ ਰਹੀ ਉਹ ਵਾਰ-ਵਾਰ ਸਰਕਾਰ ਨੂੰ ਘਿਰ ਰਹੇ ਨੇ ਜਿਸ ਕਰਕੇ ਸਰਕਾਰ ਕਟਹਿਰੇ ਵਿੱਚ ਫਸ ਰਹੀ ਆ ਸਿਕੰਜੇ ਵਿੱਚ ਫਸ ਰਹੀ ਆ ਜਿਸ ਕਰਕੇ ਜੇਕਰ ਚਾਰਜਿੰਗਸ ਨੇ ਚੰਨੀਵਰਾਂ ਦੀ ਸਰਕਾਰ ਨੇ ਸੁਖਜਿੰਦਰ ਸਿੰਘ ਦਾ ਦਾਵਾ ਹੋਰਾਂ ਨੇ ਆਪਣੇ ਆਪ ਨੂੰ ਬਚਾਉਣਾ ਜਾਂ ਇਸ ਮਾਮਲੇ ਵਿੱਚ ਜੋ ਉਹ ਨਿਰਪੱਖਤਾ ਤੌਰ ਤੇ ਕਾਰਵਾਈ ਕਰਦੇ ਆ ਤਾਂ ਉਹਨਾਂ ਨੂੰ ਵਿਕਰਮਜੀਤ ਸਿੰਘ ਜਿਹੜੇ ਅਧਿਕ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਲੈਣਾ ਪਵੇਗਾ ਨਹੀਂ ਲੋਕ ਆ ਜਿਹੜਾ ਉਸ ਹੀ ਨਜ਼ਰੀਏ ਦੇ ਨਾਲ ਦੇਖਣਗੇ ਜਿਵੇਂ ਉਹ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਦਰਾਂ ਜਿਹੜੇ ਨੇਤਾ ਰਹੇ ਨੇ ਜਾਂ ਅਕਾਲੀ ਜਿਹੜੇ ਨੇਤਾ ਨੇ ਉਸ ਨਾਜ਼ੀਰੇ ਨਾਲ ਦੇ ਦੇ ਨੇ ਉਸ ਗੁੱਸੇ ਨਾਲ ਦੇ ਦੇ ਨੇ ਤਾਂ ਲੋਕਾਂ ਦਾ ਗੁੱਸਾ ਲੋਕਾਂ ਦਾ ਜਿਹੜੀ ਪਰਸੈਪਸ਼ਨ ਆ ਉਹ ਵੀ ਇਹੀ ਬਣ ਜਾਵੇਗੀ ਮੌਜੂਦਾ ਸਰਕਾਰ ਪ੍ਰਤੀ ਜੋ ਪੁਰਾਣੀ ਸਰਕਾਰ ਪ੍ਰਤੀ ਸੀ ਦਿੱਲੀ ਦੇ ਵਾਤਾਵਰਣ ਮੰਤਰੀ ਨੇ ਪ੍ਰਾਲੀ ਦੇ ਧੂਏ ਸੰਬੰਧੀ ਪੰਜਾਬ ਹਰਿਆਣਾ ਔਰ ਯੂਪੀ ਨੂੰ ਦੋਸ਼ੀ ਕਰਾਰ ਦੱਸਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਹਰੇਕ ਵਾਰੀ ਜਦੋਂ ਇਹ ਪੈੜੀ ਦਾ ਸੀਜ਼ਨ ਚੱਲਦਾ ਹੈ ਕਿਸਾਨਾਂ ਵੱਲੋਂ ਝੋਨੇ ਦੀ ਪ੍ਰਾਲੀ ਨੂੰ ਅੱਗ ਲਾਉਣ ਦੀਆਂ ਜਿਹੜੀਆਂ ਘਟਨਾਵਾਂ ਆ ਆ ਸਾਹਮਣੇ ਆਉਂਦੀਆਂ ਤਾਂ ਇੱਕ ਜਿਹੜਾ ਧੂਏ ਦਾ ਬੱਦਲ ਆ ਜਾਂ ਧੂਏ ਦਾ ਗਵਾਰਾ ਉਹ ਦਿੱਲੀ ਤੇ ਬਣਦਾ ਹੈ ਅਕਸਰ ਜਿਹੜੀ ਦਿੱਲੀ ਦੀ ਸਰਕਾਰ ਇਹ ਇਹ ਹੀ ਦੋਸ਼ ਲਾਉਂਦੀ ਆ ਕਿ ਪੰਜਾਬ ਤੇ ਹਰਿਆਣਾ ਦਾ ਜਾਂ ਜੂਪੀ ਦਾ ਜਿਹੜਾ ਧੂਆਂ ਉਹ ਇਕੱਠਾ ਹੋ ਕੇ ਦਿੱਲੀ ਦੀ ਦਿੱਲੀ ਤੇ ਆਉਂਦਾ ਇਹ ਦੇਸ਼ ਦੀ ਰਾਜਧਾਨੀ ਤੇ ਆਉਂਦਾ ਇਹਦੇ ਕਈ ਕਾਰਨ ਹੋ ਸਕਦੇ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜੀ ਗ੍ਰੀਨ ਟਰਮੀਨਲ ਹੈ ਜੀ ਐਨ ਟੀ ਹੈ ਤੇ ਸੁਪਰੀਮ ਕੋਰਟ ਆ ਉਹਨਾਂ ਦੀਆਂ ਹਦਾਇਤਾਂ ਤੇ ਕਾਰਵਾਈ ਕਰਦੇ ਹੋਏ ਜਿਹੜੀ ਸਰਕਾਰ ਆ ਭਾਰਤ ਸਰਕਾਰ ਆ ਉਹਨੇ ਇੱਕ ਫੈਸਲਾ ਕੀਤਾ ਸੀਗਾ ਇੱਕ ਨਵਾਂ ਆਰਡੀਨੈਂਸ ਲੈ ਕੇ ਆਇਆ ਲਿਆਂਦਾ ਸੀ ਜਿਹਦੇ ਵਿੱਚ ਜਿਹੜਾ ਧੂਆਂ ਕਰੂੰਗਾ ਪ੍ਰਦੂਸ਼ਣ ਫਲਾਉਂਗਾ ਉਹਨੂੰ 1 ਕਰੋੜ ਤੱਕ ਦਾ ਜੁਰਮਾਨਾ ਲਾਇਆ ਸੀਗਾ ਤੇ ਸਜ਼ਾ ਦਾ ਪ੍ਰਬੰਧਨ ਰੱਖਿਆ ਸੀਗਾ ਜਿਹਦੇ ਵਿੱਚ ਪੰਜ ਰਾਜ ਸੀਗੇ ਜਿਹਦੇ ਵਿੱਚ ਦਿੱਲੀ ਦੇ ਸਰਾਊਂਡ ਰੀਅਰ ਏਰੀਆ ਦੇ ਵਿੱਚ ਸੀਗੇ ਪੰਜਾਬ ਹਰਿਆਣਾ ਦਿੱਲੀ ਜੁਪੀ ਤੇ ਰਾਜਸਥਾਨ ਇਹਨਾਂ ਦੇ ਖਿਲਾਫ ਉਹਨਾਂ ਨੇ ਕਿਹਾ ਸੀਗਾ ਵੀ ਜੇਕਰ ਕੋਈ ਕਾਰਵਾਈ ਹੁੰਦੀ ਹੈ ਜਾਂ ਧੂਆਂ ਹੁੰਦਾ ਇਹ ਜਿਹੜਾ ਆਰਡੀਨੈਂਸ ਜਾਰੀ ਕੀਤਾ ਤਾਂ ਇਹਨਾਂ ਸਟੇਟਾਂ ਪਰ ਲਾਗੂ ਹੋਣਦਾ ਇਹਨਾਂ ਜਿਹੜੀਆਂ ਆਰਡੀਨੈਂਸ ਆ ਉਹਦਾ ਵੀ ਪੰਜਾਬ ਦੇ ਜਿਹੜੇ ਕਿਸਾਨ ਨੇ ਦੇਸ਼ ਦੇ ਕਿਸਾਨ ਨੇ ਖਾਸ ਕਰਕੇ ਇਹਨਾਂ ਸੂਬਿਆਂ ਦੇ ਕਿਸਾਨ ਨੇ ਉਹ ਜਿੱਥੇ ਤਿੰਨ ਖੇਤੀ ਕਾਨੂੰਨਾਂ ਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਪ੍ਰੋਟੈਸਟ ਕਰ ਰਹੇ ਨੇ ਤਾਂ ਇਹਨਾਂ ਕਾਨੂੰਨ ਜਿਹੜਾ ਆਰਡੀਨੈਂਸ ਜਾਰੀ ਕੀਤਾ ਇਹਨੂੰ ਵੀ ਰੱਦ ਕਰਨ ਦੀ ਮੰਗ ਕਰ ਰਹੇ ਨੇ ਹੁਣ ਇੱਕ ਪਾਸੇ ਤਾਂ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਉਹ ਇਹ ਗੱਲ ਕਹਿ ਰਿਹਾ ਹੈ ਜਬ ਪ੍ਰਦੂਸ਼ਣ ਜਿਹੜਾ ਕੇਂਦਰੀ ਪ੍ਰਦੂਸ਼ਣ ਬੋਰਡ ਆ ਜਾਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆ ਉਹ ਇਹ ਗੱਲ ਕਹਿ ਰਿਹਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰੀ ਜਾਨਕਿ ਅੱਗ ਲਾਉਣ ਦੀਆਂ ਪਰਾਲੀ ਨੂੰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਘਟੀਆਂ ਇਹ ਗੱਲ ਬਿਲਕੁਲ ਸਹੀ ਹੈ ਕਿ ਕਿਸਾਨ ਸੁਚੇਤ ਹੋਇਆ ਕਿਸਾਨਾਂ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੀਆਂ ਪਰਾਲੀ ਫੋਕਣ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਠੱਲ ਪਾਈ ਆ ਉਹ ਘਟੀਆਂ ਨੇ ਇਹ ਗੱਲ ਬਿਲਕੁਲ ਸਹੀ ਆ ਪਰ ਕਿਤਨਾ ਕਿਤੇ ਫਿਰ ਵੀ ਕਿਸਾਨਾਂ ਜਿਹੜੇ ਉਹ ਖੇਤਾਂ ਦੇ ਵਿੱਚ ਪਰਾਲੀ ਨੂੰ ਜਾਂ ਜਿਹੜੀ ਪਰਾਲੀ ਦੀ ਰਹਿੰਦ ਖੂੰਦਾ ਉਹਨੂੰ ਅੱਗ ਲਾ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਇਆਂ ਨਹੀਂ ਲੱਗੀ ਹੋਈ ਰਹੀਆਂ ਪਿੰਡਾਂ ਦੇ ਵਿੱਚ ਕਿਸਾਨ ਹਲੇ ਵੀ ਉਸ ਢੰਗ ਨਾਲ ਸੁਚੇਤ ਨਹੀਂ ਜਾਂ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਪਰਾਲੀ ਫੋਕਣ ਤੋਂ ਇਲਾਵਾ ਉਹਨਾਂ ਕੋਲ ਕੋਈ ਸਾਧਨ ਨਹੀਂ ਹੈ ਫਿਰ ਵੀ ਇਹ ਅੱਗ ਦੀਆਂ ਘਟਨਾਵਾਂ ਵਾਪਰ ਰਿਹਾ ਪਰ ਇਹ ਗੱਲ ਕਹਿਣਾ ਹੈ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਕਿ ਇਹ ਸਾਰਾ ਕੁਝ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜੀ ਪਰਾਲੀ ਨੂੰ ਅੱਗ ਲਾਇਆ ਜਾ ਰਿਹਾ ਹੈ ਜਾਂ ਹਰਿਆਣੇ ਦੇ ਵੱਲੋਂ ਜਿਹੜੀਆਂ ਪਰਾਲੀ ਨੂੰ ਅੱਗ ਲਾਈ ਜਾਂਦਾ ਇਸ ਕਰਕੇ ਧੂੰਆਂ ਹੋ ਰਿਹਾ ਧੂੰਏ ਦੇ ਹੋਰ ਵੀ ਕਈ ਕਾਰਨ ਨੇ ਪੋਲੂਸ਼ਨ ਦੇ ਕਾਰਨ ਹੋਰ ਵੀ ਕਈ ਨੇ ਹੁਣ ਥੋੜੇ ਦਿਨ ਪਹਿਲਾਂ ਦਿਵਾਲੀ ਦਾ ਤਿਹਾਰ ਨਿਕਲੇ ਹਟਿਆ ਕਿੰਨੀ ਆਸਤਵਾਜੀ ਆ ਲੋਕਾਂ ਨੇ ਕਰੋੜਾਂ ਦੇ ਰੁਪਏ ਦੇ ਜਿਹੜੇ ਆਸਤਵਾਜੀ ਆ ਉਹਨੂੰ ਮਿੰਟਾਂ ਸਕਿੱਟਾਂ ਦੇ ਵਿੱਚ ਸਵਾਹ ਕੀਤਾ ਉਸ ਦਿਨ ਕਿੰਨਾ ਪ੍ਰਦੂਸ਼ਨ ਫੈਲਿਆ ਉਹ ਤੋਂ ਪਹਿਲਾਂ ਤੱਕ ਦਿਵਾਲੀ ਤੋਂ ਪਹਿਲਾਂ ਤੱਕ ਜਿਹੜਾ ਉੱਥੇ ਦਾ ਵਾਤਾਵਰਨ ਦਾ ਜਿਹੜਾ ਪੱਧਰ ਸੀਗਾ ਬਹੁਤ ਠੀਕ ਸੀਗਾ ਉਪਰ ਦਿਵਾਲੀ ਤੋਂ ਬਾਅਦ ਹੀ ਇਹ ਜਿਹਦੇ ਜਿਹੜਾ ਵਾਤਾਵਰਨ ਦਾ ਉੱਥੇ ਸਿਸਟਮ ਆ ਉਹ ਗੜਬੜਾਇਆ ਗਿਆ ਉਹਦੇ ਵਿੱਚ ਥੋੜੀ ਜਿਹੀ ਉੱਥੇ ਪ੍ਰੋਬਲਮ ਆ ਜਿਹੜੀ ਆਈ ਆ ਇਸ ਕਰਕੇ ਇਕੱਲਾ ਆਪਾਂ ਪਰਾੜੀ ਦੀ ਧੂਏ ਨੂੰ ਲੈ ਕੇ ਵੀ ਇਹ ਪਰਾੜੀ ਦੇ ਧੂਏ ਕਰਕੇ ਹੋਇਆ ਇਹ ਇਕੱਲਾ ਕਿਸਾਨਾਂ ਨੂੰ ਦੋਸ਼ ਦੇਣਾ ਜਾਇਜ਼ ਨਹੀਂ ਹੈਗਾ ਹੋਰ ਵੀ ਬਹੁਤ ਸਾਰੇ ਕਾਰਨ ਨੇ ਹੁਣ ਸੁਪਰੀਮ ਕੋਰਟ ਨੇ ਨੈਸ਼ਨਲ ਗ੍ਰੇਨ ਟਰਮੀਨਲ ਨੇ ਇਹ ਪਾਬੰਦੀ ਲਾਈ ਦੀ ਪਟਾਕਿਆਂ ਤੇ ਪਵੰਦੀ ਹੋਣ ਦੇ ਬਾਵਜੂਦ ਸਾਰੀਆਂ ਸਟੇਟਾਂ ਦੇ ਵਿੱਚ ਪਟਾਕੇ ਵੀ ਕੇ ਵੀ ਆ ਪਟਾਕਿਆਂ ਨੂੰ ਅੱਗ ਲਾਈ ਵੀ ਗਈ ਆ ਵੱਡੇ ਪਟਾਕੇ ਹਾਲਾਂਕਿ ਕਿਹਾ ਸੀ ਆ ਕਿ ਗ੍ਰੀਨ ਦੀਵਾਲੀ ਬਣਾਉਣੀ ਆ ਗ੍ਰੀਨ ਪਟਾਕੇ ਆ ਜਿਸ ਬੰਦੇ ਨੇ ਗ੍ਰੀਨ ਪਟਾਕੇ ਚਲਾਏ ਆ ਸਾਡੇ ਦਾ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਕਿ ਕਿਸੇ ਪਟਾਕੇ ਵਾਲੇ ਨੂੰ ਰੋਕਣਾ ਨਹੀਂ ਉਹ ਖੁਦ ਪਟਾਕੇ ਵੇਚਦੇ ਰਹੇ ਆ ਮੰਝਾ ਲਾ ਕੇ ਜਦੋਂ ਸਾਡੇ ਸੂਬੇ ਦੇ ਨੇਤਾ ਸਾਡੇ ਸੂਬੇ ਦੇ ਮੁਖੀ ਅਜਿਹੀਆਂ ਗੱਲਾਂ ਕਰਨਗੇ ਤਾਂ ਕਿਤਨਾ ਕਿਤੇ ਪਟਾਕੇ ਚ ਲਾਉਣ ਵਾਲਿਆਂ ਨੂੰ ਜਾਂ ਪਟਾਕਾਂ ਵੇਚਣ ਵਾਲਿਆਂ ਨੂੰ ਇੱਕ ਤਰ੍ਹਾਂ ਦੀ ਹੱਲਾਸ਼ੇਰੀ ਮਿਲੇਗੀ ਇਸ ਮਾਲ ਦੇ ਵਿੱਚ ਵੀ ਉਹਨਾਂ ਦੇ ਜਿਹੜੀ ਗੱਲ ਹੋਈ ਆ ਉਹਨੂੰ ਹੱਲਾਸ਼ੇਰੀ ਮਿਲੀ ਆ ਤਾਂ ਕਰਕੇ ਕਿਤਨਾ ਕਿਤੇ ਪੰਜਾਬ ਦੇ ਵਿੱਚ ਜਿਹੜੀ ਆਸਤਵਾਦੀ ਚੱਲੀ ਆ ਹਰਿਆਣੇ ਵਿੱਚ ਵੀ ਚੱਲੀ ਆ ਚੰਡੀਗੜ੍ਹ ਆ ਜਿਹੜੀ ਰਾਜਧਾਨੀ ਆ ਸੋਭੇ ਦੀ ਜਿੱਥੇ ਖਾਸ ਕਰਕੇ ਜਿਹੜੇ ਕਾਨੂੰਨ ਦੀ ਬਹੁਤ ਸ਼ਕਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਇੱਥੇ ਵੀ ਤਾਂ ਜਿਹਾ ਉੜੀਆਂ ਇੱਥੇ ਵੀ ਲੋਕਾਂ ਨੇ ਨੌਜਵਾਨਾਂ ਨੇ ਜਿਹੜੇ ਚੜ੍ਹਦੀ ਉਮਰ ਦੇ ਬੱਚੇ ਨੇ ਉਹਨੇ ਆਸਤਵਾਦੀ ਨੂੰ ਚਲਾਈ ਹੈ ਇਸ ਕਰਕੇ ਸਰਕਾਰ ਨੂੰ ਸਹੀ ਕਦਮ ਉਠਾਉਣ ਦੀ ਜ਼ਰੂਰਤ ਆ ਇਕੱਲੇ ਕਿਸਾਨਾਂ ਨੂੰ ਇਹ ਦੋਸ਼ ਦੇਣਾ ਕਿ ਕਿਸਾਨਾਂ ਦੀ ਪਰਾਲੀ ਕਰਕੇ ਧੂਆਂ ਹੋ ਰਿਹਾ ਇਹ ਗੱਲ ਜਾਇਜ਼ ਨਹੀਂ ਹੋਰ ਕਾਰਨ ਜਿਹੜੇ ਲੱਭਣ ਦੀ ਜ਼ਰੂਰਤ ਆ ਕਿਸਾਨ ਪਰਾਲੀ ਨੂੰ ਅੱਗ ਨਾ ਲਾਉਣ ਉਹ ਯਤਨ ਕਰਨੇ ਚਾਹੀਦੇ ਆ ਕਿ ਕਿਸਾਨ ਆ ਜਿਹੜੇ ਪਰਾਲੀ ਨੂੰ ਆਪਣੇ ਖੇਤਾਂ ਦੇ ਵਿੱਚ ਹੀ ਕਿਵੇਂ ਕਸ਼ਟਕ ਨਸ਼ਟ ਕਰ ਸਕਦੇ ਨੇ ਕਿਵੇਂ ਉਹਨਾਂ ਦਾ ਨਿਬਟਾਰਾ ਕਰ ਸਕਦੇ ਨੇ ਅਜਿਹੇ ਯਤਨ ਆ ਜਿਹੜੇ ਸੂਬਾ ਸਰਕਾਰਾਂ ਨੂੰ ਭਾਰਤ ਸਰਕਾਰ ਨੂੰ ਜਾਂ ਜਿਹੜੇ ਖੇਤੀਬਾੜੀ ਡਿਪਾਰਟਮੈਂਟ ਆ ਉਹਨੂੰ ਜਾਂ ਵਿਗਿਆਨੀਆਂ ਨੂੰ ਅਜਿਹੇ ਯਤਨ ਲੱਭਣ ਦੀ ਜ਼ਰੂਰਤ ਆ ਤਾਂ ਕਿ ਕਿਸਾਨਾਂ ਦਾ ਪਰਾਲੀ ਤੋਂ ਜਿਹੜਾ ਸੰਕਟ ਆ ਜਾਂ ਪਰਾਲੀ ਕੰਨ ਜਿਹੜਾ ਉਹਨਾਂ ਦਾ ਸਿਸਟਮ ਖਰਾਬ ਹੋ ਰਿਹਾ ਉਹ ਤੋਂ ਉਹਨਾਂ ਨੂੰ ਸਟਕਾਰਾ ਮਿਲ ਸਕੇ ਬੋਦ ਬੋਤਨ ਵਾਸਤੇ ਸਾਡੇ ਨਾਲ ਜੁੜਨ ਦੇ ਲਈ ਸੋ ਫਿਲਹਾਲ ਲਈ ਪੰਜਾਬ ਸ਼ਾ ਟੀਵੀ ਦੇ ਵਿੱਚ ਇੰਨਾ ਹੀ ਹੁਣ ਮੈਨੂੰ ਦਿਓ ਆਗਿਆ ਧੰਨਵਾਦ